ਇਹ ਪੂਰੇ ਟਰੈਕਟਰ ਦਾ ਵਜ਼ਨ ਬਰਦਾਸ਼ਤ ਕਰਕੇ ਇਹਨੂੰ ਇੱਥੇ ਤੱਕ ਲੈ ਆਉਣਗੇ। ਜਨਾਬ ਇਹਨਾਂ ਨੇ ਇਹ ਦੇਖੋ ਨਾ, ਇਹ ਦੋ ਰੱਖੀਆਂ ਹੋਈਆਂ ਨੇ ਇਹ ਚੀਜ਼ਾਂ, ਇਹ ਇਨਕਿ ਟਰੈਕਟਰ ਦੀਆਂ ਸੀੜੀਆਂ ਨੇ। ਇਹ ਜਨਾਬ ਕਿਸ ਤਰ੍ਹਾਂ ਰੱਸਾ ਮਾਰਦੇ ਹੋ? ਅਸੀਂ ਰੱਸਾ ਮਾਰਨੇ ਆ ਆਪਣੇ ਮੋਟਰਸਾਈਕਲ ਤੇ ਉਹ ਹਰ ਛੱਡ ਕੇ ਪੈਂਦੀ ਹੈ, ਤੁਸੀਂ ਕਿਹੋ ਜਿਹਾ ਰੱਸਾ ਮਾਰਦੇ ਹੋ? ਥੱਲੇ ਇਹ ਜਨਾਬ ਇਹਨਾਂ ਦੇ ਉੱਤੇ ਚੜ੍ਹਨੇ ਆ। ਇਹ ਤੁਹਾਨੂੰ ਬ੍ਰਾਂਡ ਨਿਊ ਜਿਹੜਾ ਨਾ ਟਰੈਕਟਰ ਚੈੱਕ ਕਰਾ ਰਿਹਾ ਇਹ ਜਨਾਬ ਵਾਲਾ। ਇਹਨਾਂ ਦੇ ਡਰਾਈਵਰ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੇ, ਡਰਾਈਵਰ ਭਾਈ ਇਹਦੇ ਬਾਰੇ ਕੀ ਕਹਿੰਦੇ ਨੇ? ਇਹ ਬਾਈ ਕਿੱਥੋਂ ਆ ਰਿਹਾ ਮਾਲ? ਅਸਲਾਮ ਵਾਲੇਕਮ ਪਿੰਡਾਂ ਦੇ ਸ਼ਹਿਜ਼ਾਦੇ, ਨਵੇਂ ਵਲੌਗ ਦੇ ਨਾਲ ਦੁਬਾਰਾ ਹਾਜ਼ਰ ਹੋ ਗਏ ਹਾਂ। ਅੱਜ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਟਰੈਕਟਰ ਸਾਡੇ ਸਾਹਮਣੇ ਮੂਵ ਕਰ ਰਿਹਾ ਹੈ। ਹਰ ਬੰਦੇ ਨੇ ਵੇਖਿਆ ਹੋਏਗਾ, ਰੋਡਾਂ ਦੇ ਟਰੈਕਟਰ ਚੱਲਦੇ, ਖੇਤਾਂ ਦੇ ਟਰੈਕਟਰ ਚੱਲਦੇ, ਟਰੈਕਟਰ ਟਰਾਲੀਆਂ ਚਲਾਉਂਦੇ। ਅੱਜ ਤੁਹਾਨੂੰ ਅਸੀਂ ਟਰੈਕਟਰ ਆਫ ਲੋਡਿੰਗ ਤੇ ਆਨ ਲੋਡਿੰਗ ਦਿਖਾਵਾਂਗੇ ਇੱਕ ਟਰੱਕ ਦੇ ਉੱਤੇ, ਕਿ ਕਿਸ ਤਰੀਕੇ ਨਾਲ ਇਹ ਫੈਕਟਰੀ ਤੋਂ ਸ਼ੋਰੂਮ ਤੱਕ ਪਹੁੰਚਦੇ ਨੇ। ਇੱਥੇ ਸਾਹਮਣੇ ਇੱਕ ਬੜਾ ਟਰਾਲਾ ਵੇਖ ਰਹੇ, ਤਕਰੀਬਨ 22 ਵੀਲਰ ਟਰਾਲਾ, ਤੇ ਜਵਾਨ ਜਿਹੜਾ ਨਾ ਲੱਗਾ ਹੋਇਆ ਚੋਰੀ ਸਾਹਿਬ ਨੇ ਟਰੈਕਟਰ ਉੱਤੇ। ਤੇ ਟਰੈਕਟਰ ਮਾਸ਼ਾਅੱਲਾ ਹਲਕੇ, ਬਿਲਕੁਲ ਜ਼ੀਰੋ ਟਰੈਕਟਰ ਨੇ, ਡੱਬਾ ਪੈਕ। ਤੇ ਚੱਲ ਕੇ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ ਪੂਰੇ ਇਸ ਕਾਰਨਾਮੇ ਦਾ, ਕਿ ਕਿਵੇਂ ਸਿਰ ਅੰਜਾਮ ਦਿੱਤਾ ਜਾਂਦਾ ਤੇ ਇਹ ਲੋਕ ਕੀ ਮਹਾਰਤ ਰੱਖਦੇ ਨੇ। ਤੇ ਅਸੀਂ ਤੇ ਕੋਈ ਵੀ ਚੀਜ਼ ਦਿੱਤੀ ਹੈ ਕਿਸੇ ਵੀ ਸ਼ਾਇਦ, ਤੇ ਉਹ ਸਾਨੂੰ ਖਤਰਾ ਹੁੰਦਾ ਕਿ ਡਿੱਗ ਜਾਏਗੀ। ਰੱਸੀਆਂ ਮਾਰਨੇ ਆ, 100 ਹਿਸਾਬ ਕਿਤਾਬ ਲਾਉਣੇ, ਫਿਰ ਵੀ ਹੋ ਜਾਣਗੇ, ਡਿੱਗ ਡੁੱਗ ਜਾਂਦੀ ਹੈ। ਲੇਕਿਨ ਇਹ ਏਡਾ ਵੱਡਾ ਟਰੈਕਟਰ ਟਾਇਰਾਂ ਵਾਲਾ, ਉਹ ਵੀ ਟਰਾਲੇ ਤੇ ਚੜਾ ਰਹੇ ਨੇ। ਤੇ ਇਹ ਚੜਾਉਣ ਦਾ ਤਰੀਕਾਕਾਰ ਇਹ ਵੇ ਕਿ ਇਹ ਜੇ ਤੁਸੀਂ ਸਾਹਮਣੇ ਸੀੜੀ ਵੇਖ ਰਹੇ ਹੋ, ਇਹ ਟਰੈਕਟਰ ਦੀ ਸੀੜੀ ਹੈ ਅਸਲ, ਕਿ ਬਹੁਤ ਪਾਏਦਾਰ ਤੇ ਬਹੁਤ ਮਜ਼ਬੂਤ ਹੈ। ਤੇ ਇਹ ਜਿਹੜਾ ਨਾ, ਇਹਨੂੰ ਇੱਥੇ ਲਾ ਦਿੰਦੇ ਨੇ ਜਿਵੇਂ ਟਰੈਕਟਰ ਚੜਾਉਣਾ ਹੁੰਦਾ। ਇਹ ਤੁਹਾਨੂੰ ਹੁਣ ਪੂਰਾ ਇਹਦਾ ਵਿਜ਼ਿਟ ਕਰਾਉਂਦੇ ਆ। ਇਹ ਵੇਖੋ ਮਾਸ਼ਾਅੱਲਾ ਕਿੱਡੇ ਸਾਨਾ ਵਰਗੇ ਟਰੈਕਟਰ ਚੜੇ ਨੇ ਉੱਤੇ ਟਰਾਲੇ ਤੇ। ਇਹ ਮਿਲਤ ਨੇ ਸਾਰੇ ਹੀ, ਤੇ 240 ਵੀ ਨੇ ਵੇਚੀ ਵੱਡੇ ਨੇ, ਤੇ ਇੱਕ 640 ਹੈ ਸਾਡੇ ਕੋਲ ਫ੍ਰੀ ਹੈ ਟਰੈਕਟਰ। ਮਾਸ਼ਾਅੱਲਾ ਕਿੱਡੇ ਸੋਹਣੇ ਪਏ ਲੱਗਦੇ। ਤੇ ਇਹ ਤੁਸੀਂ ਰੱਸੇ ਵੇਖ ਰਹੇ ਹੋ, ਬਹੁਤ ਹੀ ਮਜ਼ਬੂਤ ਤੇ ਮੋਟੇ ਮੋਟੇ ਰੱਸੇ ਨੇ, ਤੇ ਜਿਨ੍ਹਾਂ ਨੂੰ ਇਹ ਸਾਈਡਾਂ ਤੋਂ ਬੰਨ ਦੇਈਦਾ। ਇਹ ਬੰਨ ਕੇ ਇਹਨਾਂ ਨੂੰ ਮਜ਼ਬੂਤੀ ਨਾਲ ਜਕੜ ਦੇਈਦਾ ਤਾਂ ਕਿ ਹਿੱਲੇ ਨਾ ਟਰੈਕਟਰ, ਜੇ ਹਿੱਲ ਗਿਆ ਤਾਂ ਗਿਆ। ਤੇ ਮੋਟਰਸਾਈਕਲ ਦੀ ਚਾਬੀ ਜਿਹੜਾ ਨਾ ਕੱਢ ਲਈਏ, ਨਾ ਹੋਵੇ ਕੋਈ ਮੋਟਰਸਾਈਕਲ ਧੋ ਕੇ ਲਾਈਵੇ। ਤੇ ਇਹਨਾਂ ਕੋਲ ਪਰਮਿਸ਼ਨ ਲੈਂਦੇ ਹਾਂ, ਤੁਹਾਨੂੰ ਜ਼ਰਾ ਉੱਤੇ ਚੜ੍ਹ ਕੇ ਵਿਖਾਉਂਦੇ ਹਾਂ ਕਿ ਉੱਤੇ ਦੇ ਕੀ ਹਿਸਾਬ ਕਿਤਾਬ ਹੁੰਦਾ। ਜੁੜੇ ਰਿਹਾ ਜੇ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲੇ ਕਰ ਦਿਓ ਲਾਈਕ। ਸੀੜੀਆਂ ਤੇ ਚੜ੍ਹਨਾ ਕਾਫੀ ਮੁਸ਼ਕਲ ਹੈ, ਟਰੈਕਟਰ ਦਾ ਕੰਮ ਹੈ ਨਾ ਸੀੜੀਆਂ ਤੇ ਚੜ੍ਹਨਾ। ਸਰ ਕਿੰਨਾ ਚਿਰ ਹੋ ਗਿਆ ਇੰਜ ਚੜ੍ਹਾਉਣ ਡਿਓ ਗੱਡੀਆਂ? ਅੱਛਾ, ਆਪਣਾ ਇਹ ਕਾਰੋਬਾਰ ਹੀ ਇਹੀ ਹੈ? ਸ਼ੋਰੂਮ ਆਪਣਾ ਹੀ ਹੈ? ਅੱਛਾ, ਇਹ ਜਨਾਬ ਬ੍ਰੈਂਡ ਨਿਊ ਗੱਡੀਆਂ ਚੈੱਕ ਕਰੋ ਜੀ। ਭਾਈ ਇਹ ਹਰਕਤ ਨਹੀਂ ਕਰਦੀ, ਇਹ ਟਾਇਰ ਲੱਗੇ ਨੇ ਡਿੱਗ ਪਏ ਥੱਲੇ। ਅੱਛਾ, ਇਹ ਜਨਾਬ ਇਹਨੂੰ ਬੰਨਣ ਵਾਸਤੇ ਰਸਤੇ ਇਸਤੇਮਾਲ ਕਰ ਰਹੇ ਨੇ, ਵੇਖੋ ਬੜੀ ਮਜ਼ਬੂਤੀ ਦੇ ਨਾਲ। ਇਹ ਵੇਖੋ ਜੀ, ਇਹ ਮਾਹਰ ਲੋਕ ਨੇ ਕਿ ਜਿਹੜੇ ਇਹੋ ਜਿਹੇ, ਯਾਨੀ ਕਿ ਚੱਲਦੀ ਹੋਈ ਟਾਇਰ ਲੱਗੇ ਚੀਜ਼ ਨੂੰ ਇਹੋ ਜਿਹੇ ਟਰੱਕ 'ਤੇ ਲੋਡ ਕਰਦੇ ਨੇ, ਫਿਰ ਇਹ ਰੋਡ 'ਤੇ ਚੱਲਦਾ ਅਤੇ ਥੱਲੇ ਨਹੀਂ ਡਿੱਗਦਾ। ਇਹਨਾਂ ਕੋਲ ਜਾਵਾਂਗੇ ਅੱਜ, ਇਹਨਾਂ ਕੋਲ ਪੁੱਛਾਂਗੇ ਵੀ ਇਹ ਕੀ ਤੁਹਾਡੀ ਟੈਕਨੀਕ ਹੈ ਜਨਾਬ, ਇਹ ਜਨਾਬ ਕਿਸ ਤਰ੍ਹਾਂ ਰੱਸਾ ਮਾਰਦੇ ਹੋ? ਅਸੀਂ ਰੱਸਾ ਮਾਰਨੇ ਆ ਆਪਣੇ ਮੋਟਰਸਾਈਕਲ 'ਤੇ,
ਤੇ ਉਹ ਹਰ ਛੱਡ ਪੈਂਦੀ ਹੈ, ਤੁਸੀਂ ਕਿਹੋ ਜਿਹਾ ਰੱਸਾ ਮਾਰਦੇ? ਥੱਲੇ ਫਿਰਕੀਆਂ ਲੱਗੀਆਂ ਨਾ। ਅੱਛਾ, ਉਹਨਾਂ ਨਾਲ ਗਾਈਡ ਹੁੰਦਾ ਨਾ ਫਿਰਕੀਆਂ ਦੇ ਨਾਲ। ਅੱਛਾ ਅੱਛਾ, ਗਾਰਡ ਦੇ ਨਾਲ ਗਾਈਡ ਕਰ। ਸਹੀ ਹੈ। ਅਜੇ ਫੈਕਟਰੀ ਚੋਂ ਆ ਰਿਹਾ ਮਾਲ। ਇਹ ਜਨਾਬ ਇਹਨਾਂ ਦੇ ਉੱਤੇ ਚੜ੍ਹਨੇ ਆ, ਇਹ ਤੁਹਾਨੂੰ ਬ੍ਰਾਂਡ ਨਿਊ ਜਿਹੜਾ ਨਾ ਇਹ ਟਰੈਕਟਰ ਚੈੱਕ ਕਰਾ ਰਿਹਾ। ਇਹ ਜਨਾਬ ਇਹਦਾ ਇਹ ਮਾਸ਼ਾਅੱਲਾ ਚੈੱਕ ਕਰੋ, ਮੁਖਤਲਿਫ ਇਹ 385 ਹੈ, ਉਹ ਬਾਕੀ ਛੋਟੇ ਟਰੈਕਟਰ ਨੇ। ਇਹ ਜਨਾਬ ਇਹਦਾ ਇਹ ਹੋਰ ਨਸਲ ਹੈ, ਇਹ ਫੀਅਟ ਹੈ ਜੀ। ਇਹ ਬਾਕੀ ਸਾਰੇ ਮਿਲਤ ਨੇ। ਇਹ ਜਨਾਬ ਬਹਿ ਰਹੇ ਹਾਂ ਨਵੀਂ ਸੀਟ 'ਤੇ। ਆਹ ਇਹਨਾਂ ਦੇ ਡਰਾਈਵਰ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੇ, ਡਰਾਈਵਰ ਭਾਈ ਇਹਦੇ ਬਾਰੇ ਕੀ ਕਹਿੰਦੇ ਨੇ। ਇਹ ਬਾਈ ਕਿੱਥੋਂ ਆ ਰਿਹਾ ਮਾਲ? ਅੱਛਾ, ਹਾਈਡ੍ਰੋਲਿਕ ਪਾਵਰ ਇਹਦੇ 'ਚ ਲੱਗਾ ਹੋਇਆ ਹੈ। ਵੇਖੋ ਹਾਈਡ੍ਰੋਲਿਕ ਪਾਵਰ ਲੱਗਾ ਹੋਇਆ ਇਹਦਾ, ਜਿਹੜਾ ਅੱਗੇ ਲੈ ਆ ਹੈ ਨਾ ਸਟੇਅਰਿੰਗ, ਇਹ ਹਾਈਡ੍ਰੋਲਿਕ ਪਾਵਰ ਦੇ ਵਿੱਚ। ਮਾਸ਼ਾਅੱਲਾ ਜਨਾਬ, ਇਹ ਜਨਾਬ ਇਹਨਾਂ ਨੇ ਇਹ ਵੇਖੋ ਨਾ, ਇਹ ਦੋ ਰੱਖੀਆਂ ਹੋਈਆਂ ਨੇ ਇਹ ਚੀਜ਼ਾਂ, ਇਹ ਇਨਕੇ ਟਰੈਕਟਰ ਦੀਆਂ ਸੀੜੀਆਂ ਨੇ, ਇਹ ਪੂਰੇ ਟਰੈਕਟਰ ਦਾ ਵਜ਼ਨ ਬਰਦਾਸ਼ਤ ਕਰਕੇ ਇਹਨੂੰ ਇੱਥੇ ਤੱਕ ਲੈ ਆਉਣਗੀਆਂ। ਇਹਦੇ ਨਾਲ ਹੀ ਮਿੱਤਰੋ ਅਤੇ ਬੇਲੀਓ ਅਤੇ ਸੱਜਣੋ, ਚੈਨਲ ਨੂੰ ਕਰੋ ਸਬਸਕ੍ਰਾਈਬ, ਅਤੇ ਜਿਹੜਾ ਨਾ ਜਰਾ ਕੋਈ ਵੀਡੀਓ ਸ਼ੇਅਰ ਵੀ ਕਰਦਿਆ ਕਰੋ, ਵਿਊਜ਼ ਬਹੁਤ ਘੱਟ ਆ ਰਹੇ ਨੇ। ਅਸੀਂ ਤੁਹਾਡੇ ਵਾਸਤੇ ਮਿਹਨਤਾਂ ਮੂਹਨਤਾਂ ਕਰਨ ਰਹੇ ਹਾਂ ਕਿ ਤੁਸੀਂ ਕੋਈ ਚੰਗਾ ਕੰਟੈਂਟ ਵੇਖੋ। ਲਾਲਿਓ ਪੰਜਾਬੀ ਆਪਣੀ ਪ੍ਰਮੋਟ ਕਰੋ ਅਤੇ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰ ਲਓ ਜਿਹਨਾਂ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ। ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ। ਇਨਸ਼ਾਅੱਲਾ ਤੁਹਾਡੇ ਵਾਸਤੇ ਅੱਛਾ ਕੰਟੈਂਟ ਲੈ ਕੇ ਆਵਾਂਗੇ ਭਰਾਵਾਂ ਵਾਸਤੇ, ਅਤੇ ਇਨਸ਼ਾਅੱਲਾ ਪਾਕਿਸਤਾਨ ਦਾ ਭਲਾ, ਪੰਜਾਬੀਆਂ ਦਾ ਭਲਾ, ਅਤੇ ਅੱਲਾ ਫਲਸਤੀਨ ਦੀ ਖੈਰ ਕਰੇ, ਉਹਦੇ ਵਾਸਤੇ ਵੀ ਦੁਆ ਕਰਿਆ ਕਰੋ ਅਤੇ ਜਿੰਨੀ ਹੋ ਸਕੇ ਕੋਸ਼ਿਸ਼ ਕਰਿਆ ਕਰੋ। ਚੰਗਾ ਫਿਰ, ਅਸਲਾਮ ਵਾਲੇਕੁਮ।